पंजाब विच दिनों दिन लुट दियां वारदातां विच विस्तार हुंदा नजर आ रहा है, जिस दे तहत नाभा दी आंध्रा बैंक विचों किसान वालों 1,20,000 रुपए बैंक विचों कढवाए सन कि उह जमीन दा ठेका देवेगा, पर किसान ने पैसे अपने नाल खेत लै गया। जदों अपने घर पिंड रामगढ़ विखे आ रहा सी तां मरूती कार विच चार नकाबपोश नौजवानों वालों किसान तो 1,20,000 रुपए लुट्टण दा मामला सामने आया है। उस तो बाद मैं पिंड नूं गया जी, वो बस उन्होंने गड्डी मूहरे लाई फटाफट उतर गया के एक ने मेरे उरे मारा रड़ जखन की दा मोड़ चुक रड़े पे दो ने फड़ के पैसे खो गए। पुलिस ने मामला दर्ज करके दोषियों की पाल शुरू कर दी है। ਵੀਰ ਸਿੰਘ ਸਾਨੂੰ ਪ੍ਰੀਤਾ ਸਿੰਘ ਜੱਟ ਵਾਸੀ ਰਾਮਗੜ੍ਹ ਜੋ ਆਪਣੇ ਖਾਤੇ ਵਿੱਚੋਂ ਆਂਧਰਾ ਬੈਂਕ ਹੈ ਆਪਣਾ ਦੂਜੇ ਪੰਪ ਤੋਂ ਉੱਥੋਂ 1,20,000 ਰੁਪਏ ਕਢਵਾਏ ਸੀ ਨੇ ਅਤੇ ਪੈਸੇ ਕਢਵਾਉਣ ਤੋਂ ਬਾਅਦ ਜਦੋਂ ਇਹ ਆਪਣੇ ਪੈਸੇ ਦੇ ਮੋਟਰਸਾਈਕਲ ਦੇ ਪਿੱਛੇ ਝੋਲ ਲੰਘਿਆ ਸੀ ਉਹਦੇ 'ਚ ਪਾ ਲਏ। ਉਸ ਤੋਂ ਬਾਅਦ ਇਹ ਜਦੋਂ ਆਪਣੇ ਪਿੰਡ ਪਹੁੰਚਿਆ, ਪਿੰਡ ਪਹੁੰਚਣ ਤੋਂ ਬਾਅਦ ਆਪਣੀ ਜ਼ਮੀਨ ਕੋਲ ਜਾਣ ਲੱਗਿਆ ਤਾਂ ਇੱਕ ਮਰੂਤੀ ਕਾਰ ਜੋ ਰੰਗ ਚਿੱਟਾ ਸੀ ਉਹਦੇ ਵਿੱਚ ਚਾਰ ਨੌਜਵਾਨ ਸੀ, ਇੱਕ ਨੌਜਵਾਨ ਡਰਾਈਵਿੰਗ ਸੀਟ 'ਤੇ ਬੈਠ ਗਿਆ, ਤਿੰਨ ਨੇ ਬਾਹਰ ਆ ਕੇ ਇਹਨੂੰ ਮੋਟਰਸਾਈਕਲ ਅੱਗੇ ਕਾਰ ਲਾ ਕੇ ਰੋਕ ਲਿਆ ਅਤੇ ਇਹਨਾਂ ਤੱਕ ਮੁੱਕੀ ਕੀਤੀ ਅਤੇ ਜਿਹੜੇ ਦੋ ਬੰਦੇ ਨੇ ਇਹਨੂੰ ਫੜ ਲਿਆ ਅਤੇ ਇੱਕ ਬੰਦੇ ਨੇ ਇਹਦੇ ਮੋਟਰਸਾਈਕਲ ਝੋਲੇ ਵਿੱਚ ਜਿਹੜਾ 1,20,000 ਰੁਪਏ ਇਹਨੇ ਬੈਂਕ 'ਚ ਕਢਵਾਇਆ ਸੀਗਾ ਉਹ ਕੱਢ ਕੇ ਫਰਾਰ ਹੋ ਗਏ ਅਤੇ ਅਸੀਂ ਬਲਵੀਰ ਸਿੰਘ ਦੇ ਬਿਆਨ 'ਤੇ ਪਰਚਾ ਦਰਜ ਕਰਕੇ ਦੋਸ਼ੀਆਂ ਨੂੰ ਜਲਦ ਕਰ ਦਿੱਤਾ। ਕੁਛ ਪਤਾ ਲੱਗਾ ਜੀ ਪਹਿਲਾਂ ਤੋਂ ਪਿੱਛੇ ਲੱਗੇ ਹੋਏ ਸੀ? ਨਾਭਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ, ਪਹਿਰੇਦਾਰ ਟੀਵੀ।